ਗਰਮੀ ਦੇ ਕਾਰਨ ਇੱਕ ਟਰਾਂਸਫਾਰਮਰ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਰਾ ਜੋ ਹੈ ਉਹ 49 ਡਿਗਰੀ ਨੂੰ ਵੀ ਪਾਰ ਕਰ ਗਿਆ ਤੇ ਗਰਮੀ ਤੋਂ ਬਚਣ ਦੇ ਲਈ ਲੋਕ ਏਸੀ ਕੂਲਰ ਅਤੇ ਪੱਖਿਆਂ ਦਾ ਸਹਾਰਾ ਲੈ ਰਹੇ ਹਨ, ਜਿਸ ਤੋਂ ਬਾਅਦ ਹੁਣ ਲੋਡ ਜੋ ਹੈ ਉਹ ਲਗਾਤਾਰ ਟਰਾਂਸਫਾਰਮਰਾਂ ਦੇ ਉੱਤੇ ਵੱਧ ਰਿਹਾ ਤੇ ਹੁਣ ਇਹ ਟਰਾਂਸਫਾਰਮਰ ਵੀ ਅੱਗ ਦੀ ਲਪੇਟ ਦੇ ਵਿੱਚ ਆ ਰਹੇ ਨੇ। ਤਾਂ ਦੱਸ ਦਈਏ ਕਿ ਗਰਮੀ ਦੇ ਕਾਰਨ ਇੱਕ ਟਰਾਂਸਫਾਰਮਰ ਦੇ ਵਿੱਚ ਅੱਗ ਲੱਗੀ ਹੈ ਤੇ ਅੱਗ ਲੱਗਣ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਤਾਂ ਦੱਸ ਦਈਏ ਕਿ ਵਾਇਰਲ ਤਸਵੀਰ ਬਠਿੰਡਾ ਦੇ ਇੱਕ ਇਲਾਕੇ ਦੀ ਦੱਸੀ ਜਾ ਰਹੀ ਹੈ, ਕਿਉਂਕਿ ਬਠਿੰਡਾ ਦੇ ਵਿੱਚ 49 ਡਿਗਰੀ ਨੂੰ ਟੈਂਪਰੇਚਰ ਜੋ ਹੈ ਉਹ ਪਾਰ ਕਰ ਗਿਆ। ਪੰਜਾਬ ਦੇ ਵਿੱਚ ਇਸ ਸਮੇਂ ਸਭ ਤੋਂ ਵੱਧ ਗਰਮ ਜੋ ਹੈ ਉਹ ਬਠਿੰਡਾ ਹੈ, ਕਿਉਂਕਿ ਬਠਿੰਡਾ ਦੇ ਵਿੱਚ ਜੋ ਪਾਰਾ ਹੈ ਉਹ 49 ਡਿਗਰੀ ਨੂੰ ਪਾਰ ਕਰ ਗਿਆ। ਗਰਮੀ ਲਗਾਤਾਰ ਉੱਥੇ ਵੱਧਦੀ ਜਾ ਰਹੀ ਹੈ, ਪਰ ਇਸੇ ਦੇ ਵਿਚਕਾਰ ਇਹ ਤਸਵੀਰ ਵੀ ਸਾਹਮਣੇ ਆਈ ਹੈ। ਤਾਂ ਦੱਸ ਦਈਏ ਕਿ ਤੁਹਾਨੂੰ ਟਰਾਂਸਫਾਰਮਰ ਦੇ ਵਿੱਚ ਅੱਗ ਲੱਗੀ ਹੈ, ਕਿਉਂਕਿ ਲੋਡ ਕਾਫੀ ਜ਼ਿਆਦਾ ਹੁਣ ਵੱਧ ਚੁੱਕਾ ਹੈ। ਲੋਕ ਏਸੀਆਂ ਦਾ ਸਹਾਰਾ ਲੈ ਰਹੇ ਨੇ ਕਿਉਂਕਿ ਗਰਮੀ ਜ਼ਿਆਦਾ ਹੋ ਚੁੱਕੀ ਹੈ। ਪਰ ਇਸੇ ਦੇ ਵਿਚਕਾਰ ਤੁਹਾਨੂੰ ਦੱਸ ਦਈਏ ਕਿ ਇੱਕ ਵੀਡੀਓ ਬੀਤੇ ਦਿਨਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ, ਜਿਸ ਦੇ ਵਿੱਚ ਟਰਾਂਸਫਾਰਮਰਾਂ ਨੂੰ ਵੀ ਹੁਣ ਠੰਡਾ ਕਰਨ ਦੇ ਲਈ ਕੂਲਰ ਲਗਾਏ ਗਏ ਨੇ। ਤਾਂ ਦੱਸ ਦਈਏ ਕਿ ਬਿਜਲੀ ਵਿਭਾਗ ਦੇ ਵੱਲੋਂ ਟਰਾਂਸਫਾਰਮਰਾਂ ਨੂੰ ਠੰਡਾ ਕਰਨ ਦੇ ਲਈ ਕੂਲਰ ਲਗਾਏ ਹੈ ਤੇ ਇੱਕ ਵੀਡੀਓ ਦੇ ਵਿੱਚ ਕੁਝ ਲੋਕ ਜਦੋਂ ਟਰਾਂਸਫਾਰਮਰ ਗਰਮ ਹੋ ਜਾਂਦਾ ਤਾਂ ਉਸਦੇ ਉੱਤੇ ਪਾਣੀ ਪਾਉਂਦੇ ਵੀ ਨਜ਼ਰ ਆਏ ਸੀ। ਪਰ ਇਹ ਤਸਵੀਰ ਸਭ ਨਾਲੋਂ ਵੱਖ ਹੈ, ਕਿਉਂਕਿ ਟਰਾਂਸਫਾਰਮਰ ਦੇ ਵਿੱਚ ਅੱਗ ਲੱਗੀ ਹੋਈ ਹੈ, ਬਿਜਲੀ ਜੋ ਹੈ ਇਸ ਦੇ ਨਾਲ ਪ੍ਰਭਾਵਿਤ ਹੋਈ ਹੈ ਪੂਰੇ ਇਲਾਕੇ ਦੀ। ਤਾਂ ਗਰਮੀ ਦੇ ਨਾਲ ਹੁਣ ਲੋਕਾਂ ਨੂੰ ਦੋ ਚਾਰ ਹੋਣਾ ਪੈ ਰਿਹਾ। ਇੱਕ ਪਾਸੇ ਜਿੱਥੇ ਸੂਰਜ ਜੋ ਹੈ ਨਿਰੀ ਅੱਗ ਉਗਲ ਰਿਹਾ, ਉੱਥੇ ਹੀ ਹੁਣ ਟਰਾਂਸਫਾਰਮਰ ਵੀ ਗਰਮੀ ਦੇ ਕਾਰਨ ਜਵਾਬ ਦੇਣ ਲੱਗ ਪਏ ਨੇ। ਦੱਸ ਦਈਏ ਕਿ ਟਰਾਂਸਫਾਰਮਰ ਦੇ ਵਿੱਚ ਅਚਾਨਕ ਹੀ ਅੱਗ ਲੱਗੀ ਹੈ, ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਬੱਤੀ ਗੁੱਲ ਹੋ ਗਈ ਹੈ। ਬਿਲਕੁਲ 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 ਬਿਲਕੁਲ।